ਦੀ ਗਾਲ ਬਣ ਜਾਏ ਬਿਨਾਂ ਗਾਲ ਦੇ ਪੰਗਾ ਨਹੀਂ ਹੋ ਸਕਦਾ। ਗੱਗਾ ਲੱਲਾ ਗੱਲ ਉਚਾਲੇ ਕੰਨਾਂ ਪਾ ਦੀਏ ਗਾਲ ਬਣ ਗਿਆ, ਲਫ਼ਜ਼ ਬਦਲ ਗਿਆ। ਚੰਬੇ ਦੀਏ ਰਾ ਦੀਏ ਨੀ, ਚੰਬੇ ਦੀਏ ਰਾ ਦੀਏ ਨੀ, ਰੰਗ ਦੀਏ ਸਾਰੀ। ਕਿਸੇ ਨੂੰ ਇਹ ਨਹੀਂ ਪਤਾ ਹੋਣਾ ਅੱਜ ਤੱਕ, ਮੈਂ ਦੱਸ ਦਿੰਦਾ ਤੁਹਾਨੂੰ ਇਹ ਬਾਬਾ, ਕਿਸੇ ਨੂੰ ਇਹ ਨਹੀਂ ਪਤਾ ਹੋਣਾ, ਜਿਹਨੂੰ ਦਿਖਾਵੇ ਉਹ ਹੀ ਜਾਣਦਾ ਜਾ ਕਿ ਤੁਹਾਨੂੰ ਪਤਾ ਹੈ ਕਿ ਚਾਰ ਭਰਾਵਾਂ ਦੀ ਇਕੱਲੀ ਭੈਣ ਹੈ ਰਾਵੀ, ਬਾਕੀ ਸਾਰੇ ਮੇਲ ਨੇ, ਇੱਕ ਫੀਮੇਲ ਹੈ ਰਾਵੀ। ਜੇਲਮ, ਚਨਾਬ, ਸਤਲੁਜ, ਬਿਆਸ ਅਤੇ ਰਾਵੀ ਇਕੱਲੀ ਭੈਣ ਹੈ। ਔਰ ਜਿਹੜੀ ਇਕੱਲੀ ਭੈਣ ਹੋਵੇ, ਚਾਰ ਭਰਾਵਾਂ ਦੀ ਇਕੱਲੀ ਭੈਣ ਹੋਵੇ, ਉਹ ਲਾਡਲੀ ਕਿੰਨੀ ਹੋਏਗੀ ਦੇਖਿਆ, ਕਿੱਥੋਂ ਪਾਉਂਦੇ ਅਠਖੇਲੀਆਂ ਪਾਉਂਦੀ ਦੁਨੀਆ ਆਉਂਦੀ। ਅਠਖੇਲੀਆਂ ਪਾਉਂਦੀ ਦੁਨੀਆ ਦੇ ਲਾਓ ਮੇਰੇ ਸਾਹਮਣੇ ਕੌਣ ਆਉਂਦਾ। ਮੇਰੀ ਕੋਸ਼ਿਸ਼ ਰਹੇਗੀ, ਅੱਜ ਮੈਂ ਦੋ ਬੋਲ ਲਿਖੇ ਹੈ, ਇੱਕ ਤਾਂ ਹੁੰਦਾ ਹੈ ਆਸ਼ਕ, ਇੱਕ ਹੁੰਦਾ ਹੈ ਉਪਾਸ਼ਕ। ਉਪਾਸ਼ਕ ਨਾਲੋਂ ਵੱਡੇ ਹੁੰਦੇ ਨੇ ਆਸ਼ਕ, ਜਿਹੜਾ ਸਭ ਕੁਝ ਲੁਟਾ ਦਿੰਦਾ। ਦੋਨਾਂ 'ਚ ਫਰਕ ਹੈ, ਬਸ ਇੰਨਾ ਹੀ ਫਰਕ ਹੈ। ਗੱਲਾਂ ਗੱਲਾਂ ਵਿੱਚ ਗੱਲ ਦੀ ਗਾਲ ਬਣ ਜਾਏ ਬਿਨਾਂ ਗਾਲ ਦੇ ਪੰਗਾ ਨਹੀਂ ਹੋ ਸਕਦਾ। ਗੱਗਾ ਲੱਲਾ ਗੱਲ ਉਚਾਲੇ ਕੰਨਾਂ ਪਾ ਦੀਏ ਗਾਲ ਬਣ ਗਿਆ, ਲਫ਼ਜ਼ ਬਦਲ ਗਿਆ। ਗ ਲ ਵਿਚਾਲੇ ਲਕੀਰ ਖਿੱਚਦੀ ਹੈ, ਗਾਲ ਬਣ ਗਈ। ਦੋ ਦੋਸਤਾਂ ਦੇ ਵਿਚਾਲੇ ਲਕੀਰ ਖਿੱਚਦੀ ਹੈ, ਫਿਰ ਲੜਾਈ ਬਣ ਗਈ। ਦੋ ਟੀਮਾਂ ਦੇ ਵਿਚਾਲੇ ਲਕੀਰ ਖਿੱਚਦੀ ਹੈ, ਮੈਦਾਨ ਬਣ ਗਏ, ਫਿਰ ਲੜਾਈ। ਦੋ ਮੁਲਕਾਂ ਦੇ ਵਿਚਾਲੇ ਲਕੀਰ ਖਿੱਚਦੀ ਹੈ, ਸਰਹੱਦ ਬਣ ਗਈ, ਫਿਰ ਲੜਾਈ। ਮਤਲਬ ਲੜਾਈ ਲੜਾਈ, ਮਗਰ ਗੱਲਾਂ ਗੱਲਾਂ ਵਿੱਚ ਗੱਲ ਦੀ ਗਾਲ ਬਣ ਜਾਏ ਬਿਨਾਂ ਗਾਲ ਦੇ ਪੰਗਾ ਨਹੀਂ ਹੋ ਸਕਦਾ। ਨੰਗੇ ਵੇਖੇ ਨੇ ਸੇਕ ਦੇ ਧੁੱਪ ਗੋਰੇ, ਮਸਤਾਂ ਵਾਂਗ ਕੋਈ ਨੰਗਾ ਨਹੀਂ ਹੋ ਸਕਦਾ। ਕਦੇ ਕਿਸੇ ਉਹਨਾਂ ਨੂੰ ਕਿਹਾ ਬਾਬਾ ਜੀ ਕੱਪੜੇ ਪਾ ਲਓ, ਕੱਪੜੇ ਪਵਾ ਵੀ ਦਿੱਤੇ, ਪਾੜ ਕੇ ਉਹ ਮਾਰਦੇ, ਉਹ ਦਿਗੰਬਰ ਹੀ ਰਹਿੰਦੇ ਨੇ। ਉਹਨਾਂ ਨੂੰ ਪਤਾ ਕਿ ਨੰਗੇ ਰਹਿਣ ਦੀ ਕੀ ਕੀਮਤ ਹੈ। ਬਾਦਸ਼ਾਹ ਸਲਾਮਤ ਸਰਮਦ ਸ਼ਾਹ ਦੇ ਇੱਕ ਫਕੀਰ ਹੋਏ ਨੇ ਬਾਬਾ ਜੀ, ਉਹ ਮਸਜਿਦ ਦੇ ਬਾਹਰ ਨੰਗੇ ਬੈਠਦੇ ਸੀ ਅਤੇ ਸ਼ਹਿਨਸ਼ਾਹ ਉੱਥੋਂ ਦੇ ਨਿਕਲਦੇ ਸੀ, ਸ਼ਾਹਜਹਾਂ ਉਸ ਵੇਲੇ ਨਿਕਲਦੇ ਸੀ। ਉਹ ਕਹਿੰਦੇ ਸੀ ਕਿ ਇਸ ਬੰਦੇ ਨੂੰ ਕਹੋ ਯਾਰ ਨੰਗ, ਜਿਹੜਾ ਨੰਗ ਕੱਜ ਕੇ ਰੱਖਿਆ ਆਪਣਾ, ਇੱਥੋਂ ਦੇ ਜਿਹੜੇ ਲੋਕਾਂ ਨੇ ਸਜਦੇ ਕਰਨ ਜਾਣਾ, ਲੋਕ ਇਹਦੇ ਕੰਨੀ ਦੇਖਦੇ ਆ, ਅਜੀਬ ਜਿਹੀਆਂ ਗੱਲਾਂ ਕਰਦੇ। ਉਹ ਕਹਿੰਦੇ ਬਾਬਾ ਜੀ ਤੁਹਾਨੂੰ ਇਸ ਤਰ੍ਹਾਂ ਕਿਹਾ ਬਾਦਸ਼ਾਹ ਨੇ, ਕਹਿੰਦਾ ਬਾਦਸ਼ਾਹ ਕਿਸੇ ਦਿਨ ਆਪ ਆ ਕੇ ਕਹਿ ਦੇ, ਕੋਈ ਗੱਲ ਨਹੀਂ। ਬਾਦਸ਼ਾਹ ਜਦੋਂ ਆਇਆ ਉਸਨੇ ਕਿਹਾ ਉਹ ਕੱਪੜੇ ਪਾ ਲਿਆ ਫਕੀਰਾ, ਕਹਿੰਦਾ ਯਾਰ ਮੈਥੋਂ ਤਾਂ ਪੈਂਦੇ ਨਹੀਂ। ਕਹਿੰਦਾ ਤੇਰੇ ਸਰਾਣੇ ਕੰਬਲ ਪਿਆ, ਇਹ ਕੰਬਲ ਆਪਣੇ ਉੱਤੇ ਪਾ ਲਾ। ਕਹਿੰਦਾ ਕੋਈ ਨਹੀਂ ਤੂੰ ਪਾ ਦੇ, ਮੇਰੇ 'ਚ ਤਾਂ ਹਿੰਮਤ ਨਹੀਂ ਹੈ ਉੱਠਣ ਦੀ। ਕਹਿੰਦਾ ਤੂੰ ਪਾ ਦੇ। ਉਹਨੇ ਜਦੋਂ ਵੀ ਉਸ ਕੰਬਲ ਨੂੰ ਚੱਕਿਆ ਉਹਦੇ ਵਿੱਚ ਤਿੰਨ ਸਿਰ ਪਏ, ਕਿ ਉਹਨੇ ਆਪਣੇ ਪਿਓ ਨੂੰ ਮਾਰਿਆ ਸੀ, ਉਹਨੇ ਭਰਾ ਨੂੰ ਮਾਰਿਆ ਸੀ, ਆਪਣੇ ਚਾਚੇ ਦੇ ਮੁੰਡੇ ਨੂੰ ਮਾਰਿਆ ਸੀ। ਜਦੋਂ ਉਹਨਾਂ ਨੇ ਦੇਖਿਆ ਤਾਂ ਸਰਮਦ ਸ਼ਾਹ ਫਕੀਰ ਬੋਲਿਆ, ਹੁਣ ਕਹਿੰਦਾ ਮੈਂ ਤੇਰਾ ਨੰਗ ਕੱਜਾਂ ਕਿ ਆਪਣਾ ਕੱਜਾਂ।